ਭਾਰਤੀ ਚੋਣ ਆਯੋਗ ਅਤੇ ਪੰਜਾਬ ਦੇ ਮੁੱਖ ਚੋਣਾਂ ਅਫਸਰ ਦੀਆਂ ਹਦਾਇਤਾਂ ਉੱਤੇ 1-2-3 ਮਾਰਚ ਨੂੰ ਪੰਜਾਬ 'ਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਬੂਥ ਲੈਵਲ ਦੇ ਉੱਤੇ ਮੁਲਾਜ਼ਮ ਲੋਕਾਂ ਵੱਲੋਂ ਆਪਣੇ ਵੋਟਾਂ ਬਣਾਉਣ ਲਈ ਫਾਰਮ ਭਰਵਾ ਰਹੇ ਹਨ। ਜਲੰਧਰ ਦੇ DC ਵਰਿੰਦਰ ਕੁਮਾਰ ਸ਼ਰਮਾ ਕਈ ਬੂਥਾਂ ਉੱਤੇ ਗਏ ਅਤੇ ਇਸ ਕੰਮ ਦਾ ਜਾਇਜ਼ਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ 1-2 ਅਤੇ 3 ਮਾਰਚ ਨੂੰ ਚੋਣਾਂ ਆਯੋਗ ਅਤੇ ਪੰਜਾਬ ਦੇ ਮੁੱਖ ਚੋਣ ਅਫਸਰ ਦੀ ਹਦਾਇਤਾਂ ਉੱਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਹਰ ਬੂਥ ਦੇ ਉੱਤੇ ਸਰਕਾਰੀ ਮੁਲਾਜ਼ਮ ਜਾ ਕੇ ਹਰ ਬੂਥ ਲੈਵਲ ਦੇ ਵੋਟਾਂ ਦੀ ਜਾਂਚ ਪੜਤਾਲ ਕਰ ਰਹੇ ਹਨ, ਜਿਸ ਵਿੱਚ ਨਵੀਆਂ ਵੋਟਾਂ ਨੂੰ ਬਣਾਉਣ ਅਤੇ ਉਹ ਪੁਰਾਣੀਆਂ ਵੋਟਾਂ ਜੋ ਲੋਕ ਨਹੀਂ ਹਨ ਜਾਂ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਵੱਸ ਗਏ ਹਨ ਨੂੰ ਕੱਟਣ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਉਹਨਾਂ ਨੇ ਯੁਵਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾ ਕੇ ਆਪਣੀ ਵੋਟਾਂ ਬਣਾਉਣ ਲਈ ਆਪਣੇ ਫਾਰਮ ਭਰਨ, ਤਾਂ ਕਿ ਆਉਣ ਵਾਲੇ ਲੋਕ ਸਭਾ ਦੀਆਂ ਚੋਣਾਂ 'ਚ ਆਪਣੀਆਂ ਵੋਟਾਂ ਦਾ ਪਾ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਪੂਰਾ ਕਰ ਸਕਣ। ਇੰਡੀਆ ਔਰ CEO ਪੰਜਾਬ ਚੀਫ ਇਲੈਕਟੋਰਲ ਆਫਿਸਰ ਪੰਜਾਬ ਜੀ ਦੇ ਨਿਰਦੇਸ਼ਾਂ ਤਹਿਤ 2 ਅਤੇ 3 ਮਾਰਚ ਨੂੰ ਬੂਥ ਲੈਵਲ 'ਤੇ ਹਰ ਬੂਥ 'ਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਪੂਰੇ ਪੰਜਾਬ 'ਚ, ਜਿਹੜੀ ਕਿ ਜਲੰਧਰ ਜ਼ਿਲ੍ਹੇ 'ਚ ਵੀ ਲਾਗੂ ਹੋਈ ਹੈ, ਜਿੱਥੇ ਪੂਰਾ ਦਿਨ ਸਵੇਰੇ 9 ਵਜੇ ਤੋਂ 5 ਵਜੇ ਤੱਕ 2 ਅਤੇ 3 ਮਾਰਚ ਨੂੰ ਜਿਹੜੇ BLOs ਨੇ ਬੂਥ ਲੈਵਲ ਅਫਸਰ, ਉਹਨਾਂ ਨੇ ਬੈਠ ਕੇ ਜਿਹੜੇ ਫੋਰਮ ਇਕੱਠੇ ਕੀਤੇ ਆ, ਇਹ ਫੋਰਮ ਨਵੀਆਂ ਵੋਟਾਂ ਬਣਾਉਣ ਦੇ ਲਈ, ਪੁਰਾਣੀਆਂ ਵੋਟਾਂ ਜਿਹੜੇ ਬੰਦੇ ਚਲੇ ਗਏ ਆ ਜਿਨ੍ਹਾਂ ਦੀ ਕੋਈ ਮੌਤ ਹੋ ਗਈ ਉਹਨਾਂ ਦੀਆਂ ਵੋਟਾਂ ਕੱਟਣ ਦੇ ਲਈ, ਔਰ ਇਸੇ ਤਰੀਕੇ ਹੀ ਜਿਹੜੇ ਕੋਈ ਨਾਵਾਂ ਦੀ ਕਰੈਕਸ਼ਨ ਕਰਨੀ ਹੈ, ਕੋਈ ਐਡਰੈਸ ਬਦਲਣੇ ਆ, ਉਹ ਸਾਰੇ ਲਿੱਤੇ ਆ। ਔਰ ਮੈਂ ਸਾਰੇ ਵੋਟਰਸ ਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਬਹੁਤ ਲੋਕਾਂ ਦੇ ਮਨ 'ਚ ਵਹਿਮ ਹੈ ਕਿ ਸਪੈਸ਼ਲ ਕੈਂਪ ਨੂੰ ਛੱਡ ਕੇ ਉਹ ਅੱਗੇ ਵੋਟ ਨਹੀਂ ਬਣਾ ਸਕਦੇ। ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਣਗੇ ਉਸ ਤੋਂ ਬਾਅਦ ਜਿਹੜੀ ਨਾਮਜ਼ਦਗੀ ਦੀ ਆਖਰੀ ਤਰੀਕ ਹੋਊਗੀ, ਉਸ ਤੋਂ 10 ਦਿਨ ਘਟਾ ਕੇ ਉਦੋਂ ਤੱਕ ਜਿਹੜੀ ਹੈਗੀ ਹੈ ਤੁਹਾਡੀ ਵੋਟ ਬਣ ਸਕਦੀ ਹੈ। ਅਜੇ ਵੀ ਤੁਹਾਡੇ ਕੋਲ ਸਮਾਂ ਹੈ। ਸਾਡੇ ਬਹੁਤ ਸਾਰੇ ਨੌਜਵਾਨ ਵੋਟਰ ਐਸੇ ਨੇ ਜਿਨ੍ਹਾਂ ਨੇ ਕਿ ਆਪਦੀ ਵੋਟ ਨਹੀਂ ਬਣਾਈ। ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਆਪਦੀ ਵੋਟ ਬਣਾਉਣ। ਵੋਟ ਬਣਾਉਣ ਦੇ ਲਈ ਇੱਕ ਤਰੀਕਾ ਤਾਂ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਜਾਂ CEO ਪੰਜਾਬ ਦੀ CEOPB ਦੀ ਜਿਹੜੀ ਵੈਬਸਾਈਟ ਹੈ ਉਸ 'ਤੇ ਜਾ ਕੇ ਤੁਹਾਡੇ BLO ਦਾ ਤੁਸੀਂ ਨੰਬਰ ਲੈ ਲਓ ਬੂਥ ਲੈਵਲ ਅਫਸਰ ਦਾ, ਉੱਥੇ ਜਾ ਕੇ ਤੁਸੀਂ ਫੋਨ 'ਤੇ ਗੱਲ ਕਰਕੇ ਫੋਰਮ ਭਰ ਦਿਓ। ਜੇ ਤੁਹਾਨੂੰ ਇਹ ਚੀਜ਼ ਔਖੀ ਲੱਗਦੀ ਹੈ ਤਾਂ ਸਾਡਾ ਇੱਕ ਪੋਰਟਲ ਬਣਿਆ ਜਿਹੜੀ ਕਿ www.nvsp.in ਕਰਕੇ ਹੈਗਾ। ਇਸ 'ਤੇ ਜਿਹੜੇ ਨੌਜਵਾਨ ਸਾਥੀ ਨੇ, ਕਿਉਂਕਿ ਉਹ ਨੈੱਟ ਸੇਵੀ ਹੈਗੇ ਨੇ,